ਅੱਜ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਬੰਧੀ ਅੱਜ ਮੀਟਿੰਗ ਹੋਈ। ਉਹ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ, ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਪੱਖ ਤੇ ਸੁਖਬੀਰ ਸਿੰਘ ਬਾਦਲ ਦੋਸ਼ੀ ਕਰਾਰ ਦਿੱਤਾ ਗਿਆ ਤੇ ਅੱਜ ਉਹਨੂੰ ਤਨਖਾਹੀਏ ਦੇ ਤੌਰ ਤੇ ਉਹਨਾਂ ਨੂੰ ਜਿਹੜਾ ਹੁਕਮ ਜਾਰੀ ਕਰ ਦਿੱਤਾ ਗਿਆ। ਉਹਦੇ ਨਾਲ ਦੀ ਨਾਲ ਜਿਹੜਾ ਕਿ ਆਮ ਆਵਾਮ ਦੇ ਅੰਦਰ ਇੱਕ ਸਵਾਲ ਸੀ ਕਿ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਵੀ ਇਹ ਸਾਰੇ ਕਾਰਜ ਵਿੱਚ ਸ਼ਾਮਲ ਰਹੇ, ਉਹਨਾਂ ਵਾਸਤੇ ਵੀ ਉਹਨਾਂ ਨੇ ਹੁਕਮ ਲਾਇਆ ਸਿੰਘ ਸਾਹਿਬਾਨ ਨੇ ਕਿ ਉਹ 15 ਦਿਨਾਂ ਦੇ ਅੰਦਰ ਜਿਹੜੀ ਗੱਲ ਉਹ ਮੰਨ ਕੇ ਗਏ ਸੀ ਉਸ ਦੇ ਬਾਰੇ ਆਪਣਾ ਪੱਖ ਸਪਸ਼ਟ ਕਰਨ। ਸੋ ਬਹੁਤ ਅੱਛਾ ਫੈਸਲਾ, ਇਤਿਹਾਸਕ ਫੈਸਲਾ, ਪੁਰਾਤਨ ਮਰਿਆਦਾ ਦੇ ਮੁਤਾਬਕ ਫੈਸਲਾ। ਸੋ 15 ਦਿਨਾਂ ਚ ਉਹਨਾਂ ਨੇ ਆਪਣਾ ਪੱਖ ਦੇਣਾ। ਆਉਣ ਵਾਲੇ ਦਿਨਾਂ ਦੇ ਅੰਦਰ ਸਿੰਘ ਸਾਹਿਬਾਨ ਵੱਲੋਂ ਕੀ ਇਹਨਾਂ ਦੇ ਦੋਸ਼ ਲਾ ਕੇ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਆ, ਜਿਹੜੀ ਕਿ ਮਿਸਾਲੀ ਸਜ਼ਾ ਦੇ ਤੌਰ ਤੇ ਜਿਹੜੀ ਇਹ ਸੋਚੀ ਜਾ ਰਹੀ ਆ, ਸੋ ਉਸ ਦੀ ਹਾਲੇ ਉਡੀਕ ਕੀਤੀ ਜਾ ਰਹੀ ਆ। ਪਰ ਅਕਾਲ ਤਖ਼ਤ ਸਾਹਿਬ ਨੇ ਜਿਹੜਾ ਵੀ ਫੈਸਲਾ ਸੁਣਾਇਆ ਉਸ ਫੈਸਲੇ ਨੂੰ ਹਰ ਸਿੱਖ ਸਿਰ ਝੁਕਾਉਂਦਾ। ਅਕਾਲੀ ਦਲ ਵੱਲੋਂ ਵੀ ਇਹ ਗੱਲ ਦਾ ਬਿਆਨ ਆਇਆ ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫੈਸਲਾ ਆਇਆ ਉਸ ਫੈਸਲੇ ਨੂੰ ਸਿਰ ਮੱਥੇ। ਅੱਜ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਬੰਧੀ ਅੱਜ ਮੀਟਿੰਗ ਹੋਈ। ਉਹ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ, ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਪੱਖ ਤੇ ਸੁਖਬੀਰ ਸਿੰਘ ਬਾਦਲ ਦੋਸ਼ੀ ਕਰਾਰ ਦਿੱਤਾ ਗਿਆ ਤੇ ਅੱਜ ਉਹਨੂੰ ਤਨਖਾਹੀਏ ਦੇ ਤੌਰ ਤੇ ਉਹਨਾਂ ਨੂੰ ਜਿਹੜਾ ਹੁਕਮ ਜਾਰੀ ਕਰ ਦਿੱਤਾ ਗਿਆ। ਉਹਦੇ ਨਾਲ ਦੀ ਨਾਲ ਜਿਹੜਾ ਕਿ ਆਮ ਆਵਾਮ ਦੇ ਅੰਦਰ ਇੱਕ ਸਵਾਲ ਸੀ ਕਿ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਵੀ ਇਹ ਸਾਰੇ ਕਾਰਜ ਵਿੱਚ ਸ਼ਾਮਲ ਰਹੇ, ਉਹਨਾਂ ਵਾਸਤੇ ਵੀ ਉਹਨਾਂ ਨੇ ਹੁਕਮ ਲਾਇਆ ਸਿੰਘ ਸਾਹਿਬਾਨ ਨੇ ਕਿ ਉਹ 15 ਦਿਨਾਂ ਦੇ ਅੰਦਰ ਜਿਹੜੀ ਗੱਲ ਉਹ ਮੰਨ ਕੇ ਗਏ ਸੀ ਉਸ ਦੇ ਬਾਰੇ ਆਪਣਾ ਪੱਖ ਸਪਸ਼ਟ ਕਰਨ। ਸੋ ਬਹੁਤ ਅੱਛਾ ਫੈਸਲਾ, ਇਤਿਹਾਸਕ ਫੈਸਲਾ, ਪੁਰਾਤਨ ਮਰਿਆਦਾ ਦੇ ਮੁਤਾਬਕ ਫੈਸਲਾ। ਸੋ 15 ਦਿਨਾਂ ਚ ਉਹਨਾਂ ਨੇ ਆਪਣਾ ਪੱਖ ਦੇਣਾ। ਆਉਣ ਵਾਲੇ ਦਿਨਾਂ ਦੇ ਅੰਦਰ ਸਿੰਘ ਸਾਹਿਬਾਨ ਵੱਲੋਂ ਕੀ ਇਹਨਾਂ ਦੇ ਦੋਸ਼ ਲਾ ਕੇ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਆ, ਜਿਹੜੀ ਕਿ ਮਿਸਾਲੀ ਸਜ਼ਾ ਦੇ ਤੌਰ ਤੇ ਜਿਹੜੀ ਇਹ ਸੋਚੀ ਜਾ ਰਹੀ ਆ, ਸੋ ਉਸ ਦੀ ਹਾਲੇ ਉਡੀਕ ਕੀਤੀ ਜਾ ਰਹੀ ਆ। ਪਰ ਅਕਾਲ ਤਖ਼ਤ ਸਾਹਿਬ ਨੇ ਜਿਹੜਾ ਵੀ ਫੈਸਲਾ ਸੁਣਾਇਆ ਉਸ ਫੈਸਲੇ ਨੂੰ ਹਰ ਸਿੱਖ ਸਿਰ ਝੁਕਾਉਂਦਾ। ਅਕਾਲੀ ਦਲ ਵੱਲੋਂ ਵੀ ਇਹ ਗੱਲ ਦਾ ਬਿਆਨ ਆਇਆ ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫੈਸਲਾ ਆਇਆ ਉਸ ਫੈਸਲੇ ਨੂੰ ਸਿਰ ਮੱਥੇ। ਅੱਜ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਬੰਧੀ ਅੱਜ ਮੀਟਿੰਗ ਹੋਈ। ਉਹ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ, ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਪੱਖ ਤੇ ਸੁਖਬੀਰ ਸਿੰਘ ਬਾਦਲ ਦੋਸ਼ੀ ਕਰਾਰ ਦਿੱਤਾ ਗਿਆ ਤੇ ਅੱਜ ਉਹਨੂੰ ਤਨਖਾਹੀਏ ਦੇ ਤੌਰ ਤੇ ਉਹਨਾਂ ਨੂੰ ਜਿਹੜਾ ਹੁਕਮ ਜਾਰੀ ਕਰ ਦਿੱਤਾ ਗਿਆ। ਉਹਦੇ ਨਾਲ ਦੀ ਨਾਲ ਜਿਹੜਾ ਕਿ ਆਮ ਆਵਾਮ ਦੇ ਅੰਦਰ ਇੱਕ ਸਵਾਲ ਸੀ ਕਿ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਵੀ ਇਹ ਸਾਰੇ ਕਾਰਜ ਵਿੱਚ ਸ਼ਾਮਲ ਰਹੇ, ਉਹਨਾਂ ਵਾਸਤੇ ਵੀ ਉਹਨਾਂ ਨੇ ਹੁਕਮ ਲਾਇਆ ਸਿੰਘ ਸਾਹਿਬਾਨ ਨੇ ਕਿ ਉਹ 15 ਦਿਨਾਂ ਦੇ ਅੰਦਰ ਜਿਹੜੀ ਗੱਲ ਉਹ ਮੰਨ ਕੇ ਗਏ ਸੀ ਉਸ ਦੇ ਬਾਰੇ ਆਪਣਾ ਪੱਖ ਸਪਸ਼ਟ ਕਰਨ। ਸੋ ਬਹੁਤ ਅੱਛਾ ਫੈਸਲਾ, ਇਤਿਹਾਸਕ ਫੈਸਲਾ, ਪੁਰਾਤਨ ਮਰਿਆਦਾ ਦੇ ਮੁਤਾਬਕ ਫੈਸਲਾ। ਸੋ 15 ਦਿਨਾਂ ਚ ਉਹਨਾਂ ਨੇ ਆਪਣਾ ਪੱਖ ਦੇਣਾ। ਆਉਣ ਵਾਲੇ ਦਿਨਾਂ ਦੇ ਅੰਦਰ ਸਿੰਘ ਸਾਹਿਬਾਨ ਵੱਲੋਂ ਕੀ ਇਹਨਾਂ ਦੇ ਦੋਸ਼ ਲਾ ਕੇ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਆ, ਜਿਹੜੀ ਕਿ ਮਿਸਾਲੀ ਸਜ਼ਾ ਦੇ ਤੌਰ ਤੇ ਜਿਹੜੀ ਇਹ ਸੋਚੀ ਜਾ ਰਹੀ ਆ, ਸੋ ਉਸ ਦੀ ਹਾਲੇ ਉਡੀਕ ਕੀਤੀ ਜਾ ਰਹੀ ਆ। ਪਰ ਅਕਾਲ ਤਖ਼ਤ ਸਾਹਿਬ ਨੇ ਜਿਹੜਾ ਵੀ ਫੈਸਲਾ ਸੁਣਾਇਆ ਉਸ ਫੈਸਲੇ ਨੂੰ ਹਰ ਸਿੱਖ ਸਿਰ ਝੁਕਾਉਂਦਾ। ਅਕਾਲੀ ਦਲ ਵੱਲੋਂ ਵੀ ਇਹ ਗੱਲ ਦਾ ਬਿਆਨ ਆਇਆ ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫੈਸਲਾ ਆਇਆ ਉਸ ਫੈਸਲੇ ਨੂੰ ਸਿਰ ਮੱਥੇ।